ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਨਿਕਟਵਰਤੀਆਂ ਨਾਲ ਹੋਈਆਂ ਕੁਝ ਘਟਨਾਵਾਂ ਦਾ ਜ਼ਿਕਰ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ ਸੋ ਅਜਿਹਾ ਜਿਹੜਾ ਨੁਕਤਾ ਹੈ ਉਹ ਹੈ ਸਦਾ ਅਚਾ ਇਹਨੇ ਭਾਈ ਸਾਹਿਬ ਸਦਾ ਅਚਾ ਸਨ ਉਹ ਕਿਸੇ ਕੋਲੋਂ ਕੋਈ ਭੇਟਾ ਨਹੀਂ ਲੈਂਦੇ ਸਨ ਪਰ ਉਸ ਸਮੇਂ ਦੇ ਨਾਮੀ ਗ੍ਰਾਮੀ ਜਿਹੜੇ ਸੰਸਨ ਉਨਾ ਦਾ ਵਰਤਾਰਾ ਵਿਚਾਵਾਲਾ ਹੁੰਦਾ ਸੀ ਅੰਦਰ ਕੁਝ ਵਾਸ਼ਨਾ ਸੀ ਜਿਸ ਦਾ ਜ਼ਿਕਰ ਉਸ ਯੁਵਕ ਨੇ ਆਪਣੇ ਨਾਲ ਹੋਏ ਵਰਤਾਰੇ ਬਾਰੇ ਕੀਤਾ ਹੈ ਉਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀ ਜਿਸ ਯੁਵਕ ਦਾ ਪਿੱਛੇ ਜ਼ਿਕਰ ਆਇਆ ਹੈ ਉਸੇ ਦੀ ਇੱਕ ਹੋਰ ਹੋਣੀ ਇਸ ਪ੍ਰਕਾਰ ਹੈ ਉਹ ਇਸ ਵਾਕਿਆ ਤੋਂ 10-15 ਦਿਨ ਪਹਿਲੇ ਇੱਕ ਹੋਰ ਵੱਡੇ ਮਸ਼ਹੂਰ ਸੰਜੀਪਾਸ ਗਿਆ ਇੱਥੇ ਯਾਨੀ ਭਾਈ ਸਾਹਿਬ ਜੀ ਪਾਸ ਤਾਂ ਭੇਟਾ ਲੈ ਜਾਣ ਦੀ ਆਗਿਆ ਹੀ ਨਹੀਂ ਸੀ ਹੁੰਦੀ ਪਰ ਉਥੇ ਕੋਈ ਮਨਾਈ ਨਾ ਸੀ ਸੋ ਯੁਵਕ 500 ਰੁਪਏ ਲੈ ਕੇ ਗਿਆ ਸੰਤ ਜੀ ਨੇ ਸਵੀਕਾਰ ਕਰ ਲਏ ਪਰ ਤਿੰਨ ਗੱਲਾਂ ਚੰਗੀਆਂ ਨਾ ਲਗੀਆਂ ਪਹਿਲਾ ਸੰਤ ਜੀ ਨੇ ਮੰਜੇ ਪਰ ਆਪਣੇ ਨਾਲ ਬਿਠਾਣਾ ਚਾਇਆ ਜਦ ਕਿ ਕੁਝ ਪ੍ਰੇਮੀ ਹੀਠਾਂ ਟਾਟਾਂ ਪਰ ਬੈਠੇ ਸਨ ਦੂਸਰਾ ਸੰਤ ਜੀ ਨੇ ਉਸ ਯੁਵਕ ਲਈ ਸੇਵੀਆਂ ਉਚੇਚੀਆਂ ਬਣਵਾ ਕੇ ਉਹਨਾਂ ਨਾਲ ਇਕੱਲੇ ਖਾਣ ਲਈ ਕੰਨ ਵਿੱਚ ਕਿਹਾ ਪਰ ਸੰਗਤ ਪੰਗਤ ਦੀ ਇਕਤਾ ਦੀ ਗੁੜਤੀ ਜੋ ਸਿੱਖੀ ਸੀ ਉਸ ਯੁਵਕ ਤੋਂ ਇਹ ਗੱਲ ਨਾ ਮੰਨਵਾ ਸਕੇ ਤੀਸਰਾ ਕਿਸੇ ਸਿੱਖ ਮਹਾਰਾਜੇ ਨੇ ਤੀਜੇ ਦਿਨ ਉੱਥੋਂ ਲੰਘਣਾ ਸੀ ਤਦ ਉਸ ਨੂੰ ਆਕਰਸ਼ਿਤ ਯਾਨੀ ਅਟਰੈਕਟ ਕਰਨ ਲਈ ਤਖਤ ਪੋਸ਼ ਵਿਛਵਾ ਕੇ ਤਕੀਆ ਲਗਾ ਕੇ ਉਸ ਦਿਨ ਬਾਹਰ ਬੈਠਣ ਦਾ ਪ੍ਰੋਗਰਾਮ ਸੋਚਿਆ ਗਿਆ ਰਿਹਸਲ ਵੀ ਕਰਨੀ ਮਿੱਥੀ ਗਈ ਇਸ ਦਿਖਾਵੇ ਨੇ ਹੋਰ ਉਦਾਸੀਨ ਕੀਤਾ फिर जब संता ने पं सौ रुपए उन्होंने डेरे दे खूह की किसी चीज़ ली मंगे तद युवक ने पूछया कि पिता जी तो पूछ के भेजा जवें आप ही भेज देव संत की पूछना है आपे ही भेज दौ वापस आके युवक ने पाँच सौ का ड्राफ्ट भेज दिता पर दिल का इस्तीफा भी सतिना नाम प्रगट कर जिक्र आया है वह चढ़ाई कर चुके हैं ਤੇ ਜਦ ਉਗੇ-ਉਗੇ ਲੱਖ-ਲੱਖ ਚੇਲੇ ਮਗਰ ਰੱਖਦੇ ਹੋਏ ਸੰਤਾਂ ਦਾ ਵਰਤਾਰਾ ਪਰਵਿਰਤੀ ਦਾ ਹੈ ਤਾਂ ਇੱਕ ਆਪ ਜੀ ਨੂੰ ਹੀ ਦੇਖਿਆ ਹੈ ਜੋ ਸਦਾ ਅਚਾਸਨ ਸੋ ਉਪਰੋਕਤ ਯੁਵਕ ਨੇ ਜਦ ਆਪ ਜੀ ਨੂੰ ਲੱਖ ਰੁਪਇਆ ਧਰਮ ਖਾਤੇ ਦਾ ਪੇਸ਼ ਕਰਨਾ ਚਾਹਿਆ ਤਾਂ ਆਪ ਜੀ ਫਕੀਰੀ ਬੇਨਿਆਜ਼ੀ ਵਿੱਚ ਸਹਿਜ ਨਾਲ ਬੋਲੇ ਤੁਸੀਂ ਵੇਖਦੇ ਹੋ ਅਸੀਂ ਬਿਰਧ ਹੋ ਗਏ ਹਾਂ ਕਿਵੇਂ ਜ਼ਿੰਮੇਵਾਰੀ ਨਿਭਾਈਏ ਫਿਰ ਦੂੰਗੀ ਨੀਜ ਨਾਲ ਜਗਿਆਸੂ ਨੂੰ ਸੱਚਾ ਵੇਖ ਕੇ ਤਰਸ ਵਿੱਚ ਆ ਕੇ ਸੱਚਾ ਰਸਤਾ ਦੱਸਿਆ ਤੁਸੀਂ ਸਰਦਾਰ ਸੁਰਜੀਤ ਸਿੰਘ ਜੀ ਮਜੀਠੀਏ ਆਨ ਰਹਿ ਰਿਸ ਕਤਰ ਚੀਫ ਖਾਲਸਾ ਦੀਵਾਨ ਨੂੰ ਮਿਲ ਲਵੋ ਡਾਕਟਰ ਬਲਬੀਰ ਸਿੰਘ ਜੀ ਨੂੰ ਮਿਲ ਲਵੋ ਉਹ ਪੰਥਕ ਭਲੇ ਦੇ ਕਾਰਜਾਂ ਵਿੱਚ ਸਫਲ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ